KL ਚੰਦ ਵੈਲਫੇਅਰ ਟਰੱਸਟ ਰਜਿਸਟਰ UK ਵੱਲੋਂ ਲੋੜਵੰਦ ਤੇ ਹੁਸ਼ਿਆਰ ਬੱਚਿਆਂ ਦੀ ਸੇਵਾ ਨੂੰ ਸਮਰਪਿਤ ਸਮਾਗਮ ਕਰਾਇਆ। ਜਾਤ ਪਾਤ ਦਾ ਭਿੰਨ ਭਾਵ ਨਹੀਂ ਹੈ ਕਹਿ ਕੇ ਤੁਲਸੀ ਦੇ ਮਹਾਂਵਾਕ ਅਨੁਸਾਰ ਜਾਤ ਪਾਤ ਦੇ ਵੱਖਰੇਵੇਂ ਤੋਂ ਉੱਪਰ ਉੱਠ ਕੇ ਸਰਬ ਮਨੁੱਖਤਾ ਦੀ ਭਲਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਇੱਕ KL ਚੰਦ ਵੈਲਫੇਅਰ ਟਰੱਸਟ UK ਪੰਜਾਬ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਯੋਗ ਅਗਵਾਈ ਵਿੱਚ ਸਮੂਹ ਦੇ 12 ਮੈਂਬਰਾਂ ਅਤੇ ਦੇਸ਼ ਵਿਦੇਸ਼ ਦੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਖਾਲੀ ਵਿਖੇ ਵਿਦਿਆਰਥੀਆਂ ਨੂੰ ਸਕੂਲ ਬੈਗ ਕਾਪੀਆਂ ਅਤੇ ਸਕੂਲ ਵਿੱਚੋਂ ਵੱਖ ਵੱਖ ਕਲਾਸਾਂ ਵਿੱਚ ਅੱਵਲ ਆਉਣ ਵਾਲੇ ਹੁਸ਼ਿਆਰ ਬੱਚਿਆਂ ਨੂੰ ਟਰੱਸਟ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਹਾਂਜੀ, ਇਸ ਵਕਤ ਸਾਡੇ ਨਾਲ ਸਾਨੂੰ ਬੜੀ ਫਖਰ ਦੀ ਗੱਲ ਹੈ ਕਿ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਪਰਖਾਲੀ ਪਿੰਡ ਸਕੂਲ ਦੇ ਵਿੱਚ KL ਚੰਦ ਵੈਲਫੇਅਰ ਟਰੱਸਟ ਵੱਲੋਂ ਜਿਹੜੇ ਲੋੜਵੰਦ ਬੱਚਿਆਂ ਵਾਸਤੇ ਅੱਜ ਕੁਝ ਬੈਗ ਅਤੇ ਕਿਤਾਬਾਂ ਕਾਪੀਆਂ 'ਤੇ ਸਨਮਾਨਿਤ ਕੀਤਾ ਗਿਆ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਅੱਛੇ ਨੰਬਰ ਪੜ੍ਹਾਈ ਦੇ ਵਿੱਚ ਆਏ ਨੇ। ਸਾਡੇ ਨਾਲ ਇਸ ਟਰੱਸਟ ਦੇ ਜਿਹੜੇ ਸਾਡੇ ਕੋਆਰਡੀਨੇਟਰ ਜਿਹੜੇ ਨੇ ਪੰਜਾਬ ਦੇ, ਅਸੀਂ ਇਹਨਾਂ ਨਾਲ ਗੱਲ ਕਵਰ ਕਰਾਂਗੇ ਕਿ ਇਸ ਸੋਸਾਇਟੀ ਤੁਹਾਡੀ ਕਿਸ ਤਰ੍ਹਾਂ ਕੰਮ ਕਰਦੀ ਹੈ, ਕਿਆ ਕਿਆ ਕੰਮ ਕਰਦੀ ਹੈ। KL ਚੰਦ ਵੈਲਫੇਅਰ ਟਰੱਸਟ ਰਜਿਸਟਰਡ UK ਵੱਲੋਂ ਅੱਜ ਪੰਜਾਬ ਦੇ ਵਿੱਚ ਜ਼ਿਲ੍ਹਾ ਕਈ ਜ਼ਿਲ੍ਹਿਆਂ ਵਿੱਚ ਸੇਵਾ ਕਾਰਜਾਂ ਨੂੰ ਅੱਜ ਕਰਦੇ ਹੋਏ ਅੱਜ ਅਸੀਂ ਸਾਨੂੰ ਇੱਥੇ ਪਿੰਡ ਪਖਰਾਲੀ ਦੇ ਵਿੱਚ, ਜਿਹੜੇ ਰੋਪੜ ਦੇ ਪਿੰਡ ਪਖਰਾਲੀ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ ਆ ਅਤੇ ਇੱਥੇ ਅਸੀਂ ਅੱਜ ਬੱਚਿਆਂ ਨੂੰ ਟਰੱਸਟ ਵੱਲੋਂ ਸਕੂਲ ਬੈਗ ਕਾਪੀਆਂ ਔਰ ਜਿਹੜੇ ਬੱਚੇ ਪੜ੍ਹਾਈ ਵਿੱਚ ਅੱਵਲ ਆਏ ਆ, ਹੁਸ਼ਿਆਰ ਆਏ ਆ, ਉਹਨਾਂ ਨੂੰ ਅਸੀਂ ਆਪਣੇ ਟਰੱਸਟ ਵੱਲੋਂ ਮੈਡਲ ਪ੍ਰਦਾਨ ਕੀਤੇ ਗਏ ਆ। KL ਚੰਦ ਵੈਲਫੇਅਰ ਟਰੱਸਟ UK ਵੱਲੋਂ ਜ਼ਿਲ੍ਹਾ ਰੋਪੜ ਦੇ ਸਕੂਲ ਦੇ ਵਿੱਚ ਪਰਕਾਲੀ ਵਿੱਚ ਇੱਕ ਫੰਕਸ਼ਨ ਕੀਤਾ ਗਿਆ ਜਿਹਦੇ ਵਿੱਚ ਲੋੜਵੰਦ ਗਰੀਬ ਬੱਚੇ ਉਹਨਾਂ ਨੂੰ ਸਕੂਲ ਬੈਗ, ਸਟੇਸ਼ਨਰੀ ਅਤੇ ਜਿਹੜੇ ਹੁਸ਼ਿਆਰ ਬੱਚੇ ਆ ਉਹਨਾਂ ਨੂੰ ਮੈਡਲ ਪ੍ਰਦਾਨ ਕੀਤੇ ਗਏ ਆ। ਸਾਡਾ ਜੋ ਟਰੱਸਟ ਹੈ ਇਹ ਸਾਰੇ NRE ਵੀਰਾਂ ਦੇ ਸਿਰ 'ਤੇ ਚੱਲਦਾ ਆ ਔਰ ਅਸੀਂ ਜਿਹੜੇ ਸਾਡੇ ਡਿਸੇਬਲ ਪਰਸਨ ਹੈ ਉਹਨਾਂ ਨੂੰ ਵੀਲਚੇਅਰਾਂ, ਟ੍ਰਾਈਸਾਈਕਲਸ, ਸਕੂਲ ਦੇ ਵਿੱਚ ਬੈਗ ਔਰ ਬਿਰਧ ਆਸ਼ਰਮ ਦੇ ਵਿੱਚ ਬਹੁਤ ਸਾਰੇ ਅਸੀਂ ਫੰਕਸ਼ਨ ਕਰਦੇ ਹਾਂ। ਔਰ ਮੈਂ ਬਤੌਰ ਪ੍ਰਿੰਸੀਪਲ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਪਰਖਾਲੀ ਜ਼ਿਲ੍ਹਾ ਰੂਪਨਗਰ KL ਚੰਦ ਜੋ ਵੈਲਫੇਅਰ ਟਰੱਸਟ ਬਣਿਆ ਹੈ ਇਹਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਆਰਥਿਕ ਤੌਰ 'ਤੇ ਜਿਹੜੇ ਗਰੀਬ ਬੱਚੇ ਹਨ ਉਹਨਾਂ ਨੂੰ ਬੈਗ ਦਿੱਤੇ ਨੇ, ਕਾਪੀਆਂ ਦਿੱਤੀਆਂ ਨੇ ਔਰ ਜਿਹੜੇ ਇਹਨਾਂ ਦੇ ਮਾਨਵਤਾ ਲਈ ਕੰਮ ਕਰੇ ਜਾ ਰਹੇ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਦੇ ਇੱਥੇ ਪਹੁੰਚਣ 'ਤੇ ਸਵਾਗਤ ਕਰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਸ ਤਰ੍ਹਾਂ ਹੀ ਇਹ ਮਾਨਵਤਾ ਦੀ ਸੇਵਾ ਕਰਦੇ ਰਹਿਣ। ਜੈ ਹਿੰਦ, ਜੈ ਭਾਰਤ।